ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਕਿਤੇ ਨਾ ਸਮਝਣ ਦੇ ਵਿੱਚ ਉਦਣ ਕੋਈ ਦਿੱਕਤ ਰਹਿ ਗਈ ਸਾਡੀ ਜਿਹੜੀ ਮੀਟਿੰਗ ਸੀ, ਮੀਟਿੰਗ ਬੜੀ ਅੱਛੀ ਹੋਈ ਔਰ ਬੜੀ ਵਿਸਥਾਰ ਦੇ ਵਿੱਚ ਉੱਥੇ ਗੱਲਬਾਤ ਹੋਈ ਸੀਗੀ, ਲੇਕਿਨ ਸਾਨੂੰ ਥੋੜ੍ਹੀ ਜਿਹੀ ਹੈਰਾਨਗੀ ਜ਼ਰੂਰ ਹੋਈ ਕਿ ਅਸੀਂ ਮੀਟਿੰਗ ਤੋਂ ਬਾਹਰ ਆਏ ਹਾਂ ਅਤੇ ਥੋੜ੍ਹੀ ਦੇਰ ਬਾਅਦ ਹੀ ਕੁਝ ਪਾਰਟੀ ਵੱਲੋਂ ਕੁਝ ਅਹੁਦੇਦਾਰਾਂ ਦੇ ਅਨਾਊਂਸਮੈਂਟਸ ਹੋ ਗਈਆਂ, ਕੋਈ ਜ਼ਿਲ੍ਹਾ ਪ੍ਰਧਾਨ ਵਗੈਰਾ ਵਗੈਰਾ। ਵੈਸੇ ਪਾਬੰਦੀ ਕੋਈ ਨਹੀਂ ਸੀ ਇਹੋ ਜਿਹੇ ਅਹੁਦੇਦਾਰਾਂ ਦੇ ਐਲਾਨ ਕਰਨ ਦੇ ਉੱਤੇ, ਲੇਕਿਨ ਨੈਤਿਕ ਤੌਰ 'ਤੇ ਇੱਕ ਪਾਸੇ ਅਸੀਂ ਯੂਨਿਟੀ ਦੀ ਗੱਲ ਕਰ ਰਹੇ ਹਾਂ ਔਰ ਯੂਨਿਟੀ ਦੀ ਗੱਲ ਦੇ ਵਿੱਚ ਇਹ ਵੀ ਗੱਲ ਚੱਲੀ ਸੀਗੀ ਕਿ ਅਸੀਂ ਜੇ ਯੂਨਿਟੀ ਹੁੰਦੀ ਆ ਤਾਂ ਸਾਰੇ ਹੀ ਅਹੁਦੇਦਾਰ ਜਿਹੜੇ ਆ ਉਹ ਭੰਗ ਕਰਕੇ ਨਵੀਂ ਪਾਰਟੀ ਦਾ ਢਾਂਚਾ ਬਣਾਵਾਂਗੇ। ਸੋ ਇੱਕ ਪਾਸੇ ਤਾਂ ਅਸੀਂ ਨਵੇਂ ਢਾਂਚੇ ਦੀ ਗੱਲ ਕਰ ਰਹੇ ਹਾਂ ਔਰ ਦੂਜੇ ਪਾਸੇ ਤੁਸੀਂ ਨਵੇਂ ਅਹੁਦੇਦਾਰ ਲਾ ਰਹੇ ਜੀ, ਉਹਦੇ 'ਤੇ ਬੜੀ ਹੈਰਾਨਗੀ ਹੋਈ ਔਰ ਮੈਂ ਸੋਚ ਰਿਹਾ ਸੀਗਾ ਕਿ ਮੈਂ ਮਾਨੁਕੇ ਜੀ ਨਾਲ ਗੱਲ ਕਰੂੰਗਾ ਕਿ ਇਹ ਕਿਉਂ ਕੀਤਾ ਤੁਸੀਂ। ਸਾਡੇ ਪਾਰਟੀ ਦੇ ਵਿੱਚ ਜ਼ਾਹਿਰ ਹੈ ਕਿ ਕੁਛ ਲੋਕਾਂ ਨੂੰ ਗੁੱਸਾ ਆਇਆ, ਸੁਖਪਾਲ ਸਿੰਘ ਖਹਿਰਾ ਨੂੰ ਗੁੱਸਾ ਆਇਆ, ਉਹ ਲਾਈਵ ਹੋ ਕੇ ਔਰ ਉਹਨਾਂ ਟਵੀਟ ਵੀ ਕਰ ਦਿੱਤਾ। ਇਹਦੇ ਬਾਰੇ ਮਾਨੁਕੇ ਨੇ ਲਿਖਿਆ ਵਾ ਕਿ ਇਹ ਨਹੀਂ ਸੀ ਉਹਨਾਂ ਨੂੰ ਕਰਨਾ ਚਾਹੀਦਾ ਔਰ ਉਹਨਾਂ ਨੇ ਇਹ ਇਲਜ਼ਾਮ ਲਾਇਆ ਵਾ ਕਿ ਸ਼ਾਇਦ ਉਹ ਸਾਡੇ ਵਾਲਾ ਗਰੁੱਪ ਜਿਹੜਾ ਵਾ ਇਹ ਏਕਤਾ ਨਹੀਂ ਚਾਹੁੰਦਾ। ਇਹੋ ਜਿਹੀ ਗੱਲ ਬਿਲਕੁਲ ਨਹੀਂ ਗੀ, ਕਿਉਂਕਿ ਅਸੀਂ ਤਕਰੀਬ ਇੱਕ ਮਹੀਨਾ ਪਹਿਲਾਂ 5 ਮੈਂਬਰ ਕਮੇਟੀ ਬਣਾਈ ਸੀਗੀ ਗੱਲਬਾਤ ਕਰਨ ਵਾਸਤੇ। ਜੇ ਅਸੀਂ ਏਕਤਾ ਨਹੀਂ ਸੀ ਚਾਹੁੰਦੇ ਤਾਂ ਅਸੀਂ ਕਮੇਟੀ ਕਿਉਂ ਬਣਾਉਣੀ ਸੀਗੀ? ਔਰ ਗੱਲਬਾਤ ਜਿਹੜੀ ਆ ਬੜੀ ਵਧੀਆ ਗੱਲਬਾਤ ਹੋਈ ਔਰ ਅਸੀਂ ਹਾਲੀ ਵੀ ਚਾਹਵਾਂਗੇ ਕਿ ਗੱਲਬਾਤ ਅੱਗੇ ਜ਼ਰੂਰ ਚੱਲੇ। ਉਹਦੇ 'ਚ ਇਹਨਾਂ ਨੇ ਇਹ ਵੀ ਕਿਹਾ ਵਾ ਕਿ ਅਸੀਂ ਸ਼ਾਇਦ ਸਾਡੇ ਗਰੁੱਪ ਨੇ ਪ੍ਰਧਾਨਗੀ ਔਰ LOP ਦੇ ਅਹੁਦੇ ਜਿਹੜੇ ਆ ਇਹ ਮੰਗੇ ਆ। ਇਹੋ ਜਿਹੀ ਗੱਲ ਬਿਲਕੁਲ ਗਲਤ ਆ, ਇਹੋ ਜਿਹੀ ਗੱਲ ਉੱਥੇ ਬਿਲਕੁਲ ਇਸ ਤਰ੍ਹਾਂ ਨਹੀਂ ਹੋਈ। ਉੱਥੇ ਇਹੋ ਹੀ ਕਿਹਾ ਗਿਆ ਕਿ ਸਾਰੇ ਅਹੁਦੇਦਾਰ ਜਿਹੜੇ ਆ ਇਹਨਾਂ ਨੂੰ ਜਾਂ ਅਸਤੀਫਾ ਦੇਣ ਜਾਂ ਇਹਨੂੰ ਭੰਗ ਕਰਕੇ ਅਤੇ ਨਵਾਂ ਢਾਂਚਾ ਬਣੇ। ਉਹਦੇ 'ਚ ਸਾਡੇ ਇੱਕ ਮੈਂਬਰ ਨੇ ਜ਼ਰੂਰ ਕਿਹਾ ਕਿ ਇਸ ਵੇਲੇ ਤੁਹਾਨੂੰ ਪਤਾ ਹੀ ਆ ਕਿ ਜੋ ਹਾਲਾਤ ਬਣੇ ਆ ਉਹਦੇ ਵਿੱਚ ਲੋਕ ਬਹੁਤੇ ਸੁਖਪਾਲ ਸਿੰਘ ਖਹਿਰਾ ਦੇ ਲੀਡਰਸ਼ਿਪ ਦੇ ਥੱਲੇ ਖੁਸ਼ ਨੇ। ਇਹੋ ਜਿਹੀ ਗੱਲ ਉਹਨਾਂ ਨੇ ਕੁਛ ਕਹੀ, ਪਰ ਉੱਥੇ ਕੋਈ ਪ੍ਰਧਾਨਗੀ ਦੀ ਡਿਸਕਸ਼ਨ ਨਹੀਂ ਸੀ ਹੋਈ। ਅਤੇ ਮੈਂ ਉੱਥੇ ਇਹ ਵੀ ਕਿਹਾ ਕਿ ਕਿਉਂਕਿ ਇਹ ਸਾਰਾ ਬਖੇੜਾ ਜਿਹੜਾ ਵਾ ਇਹ LOP ਦੇ ਅਹੁਦੇ ਤੋਂ ਸ਼ੁਰੂ ਹੋਇਆ ਸੀ, ਵਿਰੋਧੀ ਧਿਰ ਦੇ ਨੇਤਾ ਤੋਂ ਸ਼ੁਰੂ ਹੋਇਆ ਸੀ। ਸੋ ਵਿਰੋਧੀ ਧਿਰ ਦੇ ਨੇਤਾ ਜਿਹੜੇ ਆ ਇਸ ਵੇਲੇ ਬਣੇ ਹੋਏ ਉਹਨਾਂ ਨੂੰ ਵੀ ਰਿਜ਼ਾਈਨ ਕਰਨਾ ਪੈਣਾ ਤਾਂ ਕਿ ਪੂਰਾ ਢਾਂਚਾ ਨਵਾਂ ਬਣ ਸਕੇ। ਔਰ ਇਸੇ ਤਰ੍ਹਾਂ ਹੀ NRI ਜਿਹੜੇ ਬਾਹਰ ਵਾਸਤੇ ਪੰਜਾਬੀ ਉਹਨਾਂ ਦੀਆਂ ਯੂਨਿਟਸ ਜਿਹੜੀਆਂ ਵਾ ਉਹ ਵੀ ਨਵੀਆਂ ਬਣਾਉਣ ਦੀ ਲੋੜ ਆ, ਔਰ ਜਿਹੜਾ NRI ਦਾ ਢਾਂਚਾ ਭੰਗ ਕੀਤਾ ਵਾ ਉਹ ਵੀ ਨਵਾਂ ਬਣਾਉਣਾ ਚਾਹੀਦਾ ਵਾ। ਅਤੇ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਆਪਾਂ ਸਾਰੇ ਢਾਂਚਾ ਨਵਾਂ ਬਣਾਉਣ ਦੀ ਗੱਲ ਕਰ ਰਹੇ ਹਾਂ ਤਾਂ ਸਭ ਕੁਛ ਹੀ ਵਿੱਚ ਆ ਗਿਆ। ਮੈਂ ਕਿਹਾ ਬਿਲਕੁਲ ਠੀਕ ਹੈ। ਸੋ ਇਸ ਤਰ੍ਹਾਂ ਗੱਲ ਹੋਈ ਸੀਗੀ, ਅਸੀਂ ਕਿਸੇ ਪਰਟੀਕੁਲਰ ਅਹੁਦੇ ਦੀ ਮੰਗ ਬਿਲਕੁਲ ਨਹੀਂ ਕੀਤੀ ਔਰ ਜਾਂ ਤਾਂ ਸਮਝਣ ਦੇ ਵਿੱਚ ਗਲਤੀ ਹੋਈ ਹੈ ਜਾਂ ਸ਼ਾਇਦ ਕੁਝ ਲੋਕ ਸਮਝਣਾ ਨਹੀਂ ਚਾਹੁੰਦੇ। ਮੈਂ ਇਹਦੇ ਬਾਰੇ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ। ਮੈਂ ਫਿਰ ਕਿਹਾ ਉਹਨਾਂ ਨੂੰ, ਮੈਂ ਕਿਹਾ ਜੇ 13 ਲੋਕ ਸਭਾ ਦੇ ਉਮੀਦਵਾਰ ਚੁਣੇ ਜਾਣਗੇ ਉਹ ਇੱਥੇ ਚੁਣੇ ਜਾਣਗੇ ਜਾਂ ਕਿਤੇ ਹੋਰ? ਕਹਿੰਦੇ ਇੱਥੇ ਚੁਣੇ ਜਾਣਗੇ। ਦੋ ਉਮੀਦਵਾਰ ਜਿਹੜੇ ਆ ਉਹ ਕਰੀਬ ਅੰਡਰਸਟੈਂਡਿੰਗ ਹੋਈ ਹੈ ਆਲਰੇਡੀ, ਭਗਵੰਤ ਮਾਨ ਔਰ ਪ੍ਰੋਫੈਸਰ ਸਾਧੂ ਸਿੰਘ, ਕਿਉਂਕਿ ਸਿਟਿੰਗ MP ਹੈ ਔਰ ਬਾਕੀ ਇੱਥੇ ਚੁਣੇ ਜਾਣਗੇ। ਸੋ ਮੈਂ ਕਿਹਾ ਵੀ ਚਲੋ ਇਹ ਮੰਨਣ 'ਚ ਆਉਂਦੀ ਹੈ ਗੱਲ, ਇਸ ਤੋਂ ਬਾਅਦ ਫਿਰ ਸਾਰੇ ਢਾਂਚਾ ਜਿਹੜਾ ਵਾ ਉਹ ਰੱਦ ਹੋ ਕੇ ਨਵਾਂ ਢਾਂਚਾ ਬਣੂਗਾ। ਉਹਨਾਂ ਨੇ ਕਿਹਾ ਜੀ ਵੀ ਅਸੀਂ ਇਹ ਗੱਲ ਜਿਹੜੀ ਆਪਣੀ ਕੋਰ ਕਮੇਟੀ ਦੇ ਕੋਲ ਜਾ ਕੇ ਰੱਖਾਂਗੇ, 5-ਮੈਂਬਰੀ ਕੋਰ ਕਮੇਟੀ। ਅਤੇ ਮੈਂ ਕਿਹਾ ਜੀ ਠੀਕ ਹੈ, ਤੁਸੀਂ ਕੋਰ ਕਮੇਟੀ ਨਾਲ ਗੱਲ ਕਰ ਲਓ ਅਤੇ ਅਸੀਂ ਸਾਡੀ ਜਿਹੜੀ 15-ਮੈਂਬਰੀ PSC ਅਸੀਂ ਉਹਦੇ ਨਾਲ ਡਿਸਕਸ਼ਨ ਕਰਕੇ ਫਿਰ ਆਪਾਂ ਅਗਲੀ ਮੀਟਿੰਗ ਫਿਕਸ ਕਰਾਂਗੇ। ਔਰ ਮੈਂ ਉਹਦੇ 'ਚ ਇਹ ਵੀ ਕਿਹਾ ਕਿ ਇਹ ਸਿਰਫ ਆਪਣੇ ਇਹ ਦੋ ਗਰੁੱਪਸ ਦੀ ਯੂਨਿਟੀ ਦੀ ਨਹੀਂ ਗੱਲ, ਅਸੀਂ ਚਾਹਾਂਗੇ ਕਿ ਹੁਣ ਤੱਕ ਜਿੰਨੇ ਵੀ ਪਾਰਟੀ ਦੇ ਵਿੱਚ ਲੋਕ ਸੀਨੀਅਰ ਲੀਡਰ ਵੱਖਰੇ ਪਰਾਂ ਹੋਏ ਆ ਪੰਜਾਬ ਦੇ ਵਿੱਚ, ਜਿਵੇਂ ਤਾਂ ਡਾਕਟਰ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ, ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਜਾਵੇ ਵਿੱਚ ਲੈਣ ਦੀ। ਦੇਖੋ ਮੇਰਾ ਖਿਆਲ ਹੈ ਕਿ ਉੱਦਣ ਅਹੁਦੇਦਾਰਾਂ ਦੀ ਅਨਾਊਂਸਮੈਂਟ ਜਿਹੜੀ ਆ ਜਿੱਦਣ ਮੀਟਿੰਗ ਹੋਈ ਹੈ ਉਸ ਤੋਂ ਥੋੜ੍ਹਾ ਪਹਿਲਾਂ ਜਾਂ ਥੋੜ੍ਹਾ ਬਾਅਦ ਨਹੀਂ ਸੀ ਕਰਨੀ ਚਾਹੀਦੀ। ਨੈਤਿਕ ਤੌਰ 'ਤੇ ਗਲਤ ਹੈ ਵੀ ਇੱਕ ਪਾਸੇ ਆਪਾਂ ਯੂਨਿਟੀ ਦੀ ਗੱਲ ਕਰ ਰਹੇ ਹਾਂ ਔਰ ਦੂਜੇ ਪਾਸੇ ਆਪਾਂ
ਅਹੁਦੇਦਾਰ ਅਨਾਊਂਸ ਕਰ ਰਹੇ ਹਾਂ। ਅਸੀਂ ਵੀ ਆਪਣੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਵਰਚੁਅਲੀ ਫਾਈਨਲਾਈਜ਼ ਕੀਤੇ ਆ 26 ਡਿਸਟ੍ਰਿਕਟ ਕਈ ਥਾਵਾਂ 'ਤੇ ਅਰਬਨ ਰੂਰਲ ਆ, ਪਰ ਅਸੀਂ ਉਹ ਨਹੀਂ ਅਨਾਊਂਸ ਕੀਤੇ ਹਾਲੇ ਕਿਉਂਕਿ ਯੂਨਿਟੀ ਦੀ ਗੱਲ ਚੱਲ ਰਹੀ ਹੈ। ਔਰ ਹੁਣ ਸਾਡੀ PSC ਨੇ ਕਿਹਾ ਜੀ ਉਹ ਅਨਾਊਂਸ ਕਰ ਰਹੇ ਤਾਂ ਆਪਾਂ ਵੀ ਅਨਾਊਂਸ ਕਰੀਏ। ਸੋ ਅਸੀਂ ਉਹਦੇ ਵਾਸਤੇ ਹੁਣ ਨਵੰਬਰ 1 ਦੀ ਟਾਈਮ ਦਿੱਤਾ ਵਾ ਵੀ ਜਾਂ ਤਾਂ ਨਵੰਬਰ 1 ਤੱਕ ਮੀਟਿੰਗ ਕਰ ਲਈਏ, ਫੈਸਲਾ ਹੋ ਜਾਏ ਕੋਈ, ਨਹੀਂ ਤਾਂ ਅਸੀਂ ਫਿਰ ਆਪਣੇ ਅਹੁਦੇਦਾਰ ਬਣਾ ਦਿਆਂਗੇ। ਇੱਕ ਹੋਰ ਗੱਲ ਸਰਵਜੀਤ ਮਾਣੂਕੇ ਨੇ ਕਹੀ ਆ ਲੈਟਰ ਦੇ ਵਿੱਚ ਕਿ ਕੋਰ ਕਮੇਟੀ ਦੇ ਫੈਸਲੇ ਆ ਜੀ, ਨਵੇਂ ਅਹੁਦੇਦਾਰ ਲਾ ਸਕਦੇ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਇਹ ਉਹਨਾਂ ਦਾ ਪ੍ਰੋਰੋਗੇਟਿਵ ਹੈ, ਉਹਨਾਂ ਨੇ ਇਸ ਵਰਡ ਇਸਤੇਮਾਲ ਕੀਤਾ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਸੰਵਿਧਾਨ ਹੈ, ਜਿਸ ਤੱਕ ਮੈਨੂੰ ਸਮਝ ਆ, ਉਹਦੇ ਵਿੱਚ ਸਟੇਟ ਦੀ PSC ਹੋ ਸਕਦੀ ਹੈ, ਸਟੇਟ ਦੀ ਐਗਜ਼ੈਕਟਿਵ ਕਮੇਟੀ ਹੋ ਸਕਦੀ, ਮੇਰੇ ਖਿਆਲ ਉੱਥੇ ਕੋਰ ਕਮੇਟੀ ਵਰਡ ਸ਼ਾਇਦ ਨਹੀਂ ਹੈਗਾ। ਚਲੋ ਮੰਨਿਆ ਕੋਰ ਕਮੇਟੀ ਜੇ ਹੈ ਵੀ ਆ ਤਾਂ ਜ਼ਰੂਰ ਪ੍ਰੋਰੋਗੇਟਿਵ ਹੈ, ਲੇਕਿਨ ਹੁਣ ਤੱਕ ਇਹ ਪ੍ਰੋਰੋਗੇਟਿਵ ਦਾ ਦੁਰਉਪਯੋਗ ਹੁੰਦਾ ਆ, ਔਰ ਇਸੇ ਕਰਕੇ ਇਹ ਬਖੇੜਾ ਪਿਆ ਔਰ ਬਖਰੇਵਾਂ ਹੋਇਆ। ਜੇ ਉਹ ਦੁਰਉਪਯੋਗ ਕਰਨਾ ਚਾਹੁੰਦੇ ਤਾਂ ਫਿਰ ਯੂਨਿਟੀ 'ਤੇ ਕੀ ਇਹ ਹੋਰ ਬਖਰੇਵਾਂ ਹੋਊਗਾ।